ਗੁੱਡ ਮਾਰਨਿੰਗ ਆਲ ਮੈਮ ਮੋਨਿਕਾ ਮਹਿਤਾ ਸਾਇੰਸ ਮਿਸਟਰਸ ਜੀਐਸਐਸ ਲੋਗੜ ਅੱਜ ਮੋਹਾਲੀ ਡਿਸਟ੍ਰਿਕਟ ਅੱਜ ਤੁਹਾਨੂੰ ਕਰਾ ਰਹੇ ਹਾਂ ਮੋਸ਼ਨ ਆਫ ਫੋਰਸ ਔਰ ਲਾਜ਼ ਆਫ ਮੋਸ਼ਨ ਸਭ ਤੋਂ ਪਹਿਲਾਂ ਸਾਨੂੰ ਮੋਸ਼ਨ ਦੇ ਚੈਪਟਰ ਨੂੰ ਜਾਣਨ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਰੈਸਟ ਤੇ ਮੋਸ਼ਨ 'ਚ ਕੀ ਫਰਕ ਹੈ ਵਿਰਾਮ ਅਵਸਥਾ ਤੇ ਗਤੀ ਦੀ ਜਦੋਂ ਕੋਈ ਵਸਤੂ ਆਪਣੀ ਕੋਈ ਵੀ ਬੋਡੀ ਆਪਣੀ ਪੋਜੀਸ਼ਨ ਚੇਂਜ ਨਾ ਕਰੇ ਸਰਾਊਂਡਿੰਗ ਦੇ ਅਕੋਰਡਿੰਗ ਇੱਕ ਫਿਕਸ ਪੁਆਇੰਟ ਤੇ ਪਈ ਰਹੇ ਤਾਂ ਉਸ ਨੂੰ ਅਸੀਂ ਵਿਰਾਮ ਅਵਸਥਾ ਜਾਂ ਰੈਸਟ ਕਹਿੰਦੇ ਆ ਜਿਵੇਂ ਇੱਕ ਬੁੱਕ ਹੈਗੀ ਟੇਬਲ ਤੇ ਪਈ ਹੈ ਜਾਂ ਬੈਂਚ ਹੈ ਠੀਕ ਹੈ ਪਾਰਕ 'ਚ ਹੈ ਉਹ ਰੈਸਟ ਦੀ ਪੋਜੀਸ਼ਨ ਤੇ ਆ ਜਦੋਂ ਕੋਈ ਵੀ ਵਸਤੂ ਸਮੇਂ ਦੇ ਨਾਲ ਆਪਣੀ ਮੋਸ਼ਨ ਪੋਜੀਸ਼ਨ ਚੇਂਜ ਕਰਦੀ ਹੈਗੀ ਹੈ ਸਰਾਊਂਡਿੰਗ ਦੇ ਅਕੋਰਡਿੰਗ ਤਾਂ ਟਾਈਮ ਦੇ ਨਾਲ ਉਸ ਨੂੰ ਅਸੀਂ ਕੀ ਕਹਿੰਦੇ ਆ ਗਤੀ ਦੀ ਅਵਸਥਾ ਜਿਵੇਂ ਮੋਸ਼ਨ ਜਿਵੇਂ ਫਲਾਈਂਗ ਬਰਡ ਇਹ ਫੁੱਟਬਾਲ ਖੇਡਦਾ ਬੱਚਾ ਤਾਂ ਇਹ ਵਿਰਾਮ ਤੇ ਗਤੀ ਦੀ ਅਵਸਥਾ ਚ ਇਹ ਫਰਕ ਹੈਗਾ ਮੋਸ਼ਨ ਦੀ ਜਾਂ ਗਤੀ ਦੀ ਕਿਸਮਾਂ ਰੈਕਟ ਸਲਰ ਰੇਖੀ ਸਰਕੂਲਰ ਚੱਕਰਾਕਾਰ ਰੋਟੇਸ਼ਨਲ ਗਤੀ ਜਿਵੇਂ ਬਾਲ ਦੀ ਹੋਗੀ ਜਾਂ ਪੀਰੀਆਡਿਕਾ ਵਰਤੀ ਗਤੀ ਹੋਗੀ ਜਿਸ ਤਰ੍ਹਾਂ ਪੈਂਡੂਲਮ ਦੀ ਘੜੀ ਦੀ ਸੂਈਆਂ ਦੀ ਪਿੰਗ ਦੀ ਇਹ ਕੀ ਹੋਗੀਆਂ ਔਰ ਫੋਰਸ ਬਲ ਅਪਲਾਈਡ ਸਪ੍ਰਿੰਗ ਦਾ ਡ੍ਰੈਗ ਫੋਰਸ ਰਗੜ ਬਲ ਨਾਰਮਲ ਚੁੰਬਕੀ ਬਲ ਇਲੈਕਟ੍ਰੀਕਲ ਔਰ ਗੁਰਤਾਕਰਸ਼ਨ ਬਲ ਟਾਈਪ ਆਫ ਮੋਸ਼ਨ ਸਾਡੇ ਕੰਪਨ ਦੇ ਕਰਕੇ ਵਾਈਬ੍ਰੇਟਰੀ ਔਸੀਲੇਟਰੀ ਹੋ ਗਿਆ ਪੈਂਡੂਲਮ ਦਾ ਸਰਲ ਰੇਖੀ ਕਰਵ ਲਾਈਨ ਚ ਹੋਣਾ ਰੈਕ ਕਰਵਿ ਲੀਨੀਅਰ ਸਰਕੂਲਰ ਮੋਸ਼ਨ ਚੱਕਰਾਕਾਰ ਗਤੀ ਤੇ ਰੋਟੇਟਰੀ ਮੋਸ਼ਨ ਰੋਟੇਸ਼ਨ ਹੋਣਾ ਇਹ ਕਿਸਮਾਂ ਤਾਂ ਸਪੀਡ ਤੇ ਟਾਈਮ ਚ ਦਿੱਤੇ ਸਮੇਂ ਚ ਜਿੰਨੀ ਦੂਰੀ ਤੈਅ ਕਰੇਗੀ ਉਹਨੂੰ ਕੀ ਕਹਿੰਨੇ ਹੈਗੇ ਅਸੀਂ ਸਪੀਡ ਅਗਰ ਐਵਰੇਜ ਸਪੀਡ ਕਰਨੀ ਹੈ ਤਾਂ ਟੋਟਲ ਟਾਈਮ ਅ ਟੋਟਲ ਡਿਸਟੈਂਸ ਅਪਨ ਟਾਈਮ ਕਰਨਾ ਪਏਗਾ ਮੰਨ ਲਓ ਡਿਸਟੈਂਸ ਕੀ ਹੁੰਦੀ ਹੈ ਇੱਕ ਘਰ ਤੇ ਸਕੂਲ ਚ ਅ ਕਿੰਨੀ ਦੂਰੀ ਹੈਗੀ 3 ਕਿਲੋਮੀਟਰ ਠੀਕ ਹੈ ਤਾਂ ਇਹਨੂੰ ਕੀ ਕਵਾਂਗੇ ਅਸੀਂ ਡਿਸਟੈਂਸ ਕਵਾਂਗੇ ਅਸੀਂ ਡਿਸਟੈਂਸ ਤੇ ਡਿਸਪਲੇਸਮੈਂਟ ਚ ਫਰਕ ਜਾਣਨਾ ਹੈਗਾ ਕਿ ਵੇ A ਤੋਂ B ਜਿਵੇਂ ਸਾਈਕਲ ਤੋਂ ਘਰ ਤੱਕ ਦਾ ਰਸਤਾ ਕਿੰਨਾ ਹੈਗਾ 4 ਮੀਟਰ ਤੇ ਅਦਰ درخت ਘਰ ਤੋਂ ਕਿੰਨੀ ਦੂਰ ਹੈ 3 ਮੀਟਰ ਟੋਟਲ ਜਿਹੜੀ ਦੂਰੀ ਹੈਗੀ ਐ ਡਿਸਟੈਂਸ 7 ਮੀਟਰ ਆ ਗਈ ਪਰ ਡਿਸਪਲੇਸਮੈਂਟ ਵਿਸਥਾਪਨ ਉਹ ਘਟ ਤੋਂ ਘਟ ਦੂਰੀ ਠੀਕ ਹੈ ਇਨੀਸ਼ੀਅਲ ਤੇ ਫਾਈਨਲ ਪੁਆਇੰਟ ਚ ਲਾਈਕ A ਤੇ C ਚ ਕੱਟ ਤੋਂ ਕੱਟ ਦੂਰੀ ਕਿੰਨੀ ਆਗੀ 5 ਮੀਟਰ ਇਹਨੂੰ ਅਸੀਂ ਵਿਸਥਾਪਨ ਕਵਾਂਗੇ ਮੰਨ ਲਓ ਇੱਕ ਟ੍ਰਾਈਗਨਲ ਹੈ ਤਾਂ ਇੱਥੇ ਪਾਈਥਾਗੋਰਸ ਅਪਲਾਈ ਕਰਕੇ ਅਸੀਂ AC ਕੱਢ ਸਕਦੇ ਹਾਂ ਤਾਂ ਦੂਰੀ ਟੋਟਲ ਸਾਮ ਹੋਏਗੀ ਵਿਸਥਾਪਨ ਕੀ ਹੋਏਗੀ ਮਿਨੀਮਮ ਡਿਸਟੈਂਸ ਬਿਟਵੀਨ ði ਇਨੀਸ਼ੀਅਲ ਐਂਡ ਅ ਫਾਈਨਲ ਪੁਆਇੰਟ ਸਪੀਡ ਦਾ ਕੀ ਫਾਰਮੂਲਾ ਹੁੰਦਾ ਚਾਲ ਡਿਸਟੈਂਸ ਟਰੈਵਲ ਇਨ ਅ ਟਾਈਮ ਉਹਨੂੰ ਕੀ ਕਵਾਂਗੇ ਸਪੀਡ ਕਵਾਂਗੇ डिस्टेंस को अगर किलोमीटर मापोंगे मेजर करोंगे तो ता टाइम न असी घंटिया चा, चाल की आ जाएगी किलोमीटर प्र प्रति घंटा अगर मीटर लसी, है तो वोदी स्किंट लगावे जिमेंगे ए ते ओ ते बी ओ ते बी ए की होगी दूरी ए बी क्या हो जाएगा विस्थापन ठीक है टोटल किएगा मतलब एक पर्टीकुलर डायेक्शन असी ਮਾਪ ਦੇ ਗਿਆ ਉਹਨੂੰ ਵਿਸਥਾਪਨ ਜਾਂ ਡਿਸਪਲੇਸਮੈਂਟ ਕਹਿੰਦੇ ਆ ਫਿਰ ਵੈਲੋਸਟੀ ਤੇ ਸਪੀਡ ਚ ਕੀ ਫਰਕ ਹੈ ਸਪੀਡ ਚ ਅਸੀਂ ਸਿਰਫ ਮੈਗਨੀਟਿਊਡ ਲੈਨੇ ਆ ਕੁਆਂਟੀਟੀ ਇਹ ਸਕੈਲਰ ਰਾਸ਼ੀ ਹੁੰਦੀ ਹੈ ਔਰ ਵੈਲੋਸਟੀ ਕੀ ਹੈ ਵੈਕਟਰ ਰਾਸ਼ੀ ਹੈ ਮੈਗਨੀਟਿਊਡ ਦੇ ਨਾਲ ਨਾਲ ਡਾਇਰੈਕਸ਼ਨ ਵੀ ਜਿਵੇਂ ਅਸੀਂ ਬੋਲ ਰਹੇ ਹੈਗੇ ਆ ਵੀ 25 ਮੀਟਰ ਪਰ ਸਕਿੰਡ ਦੀ ਸਪੀਡ ਨਾਲ ਕਾਰ ਚੱਲ ਰਹੀ ਹੈ ਨਾਰਥ ਦਿਸ਼ਾ ਚ ਤਾਂ ਇਹ ਕੀ ਹੋਗੀ ਵੈਲੋਸਟੀ ਮੈਗਨੀਟਿਊਡ ਦੇ ਨਾਲ ਉਹਦੀ ਕੀ ਲਵਾਂਗੇ ਅਸੀਂ ਡਾਇਰੈਕਸ਼ਨ ਵੀ ਲੈਨੇ ਹੈਗੇ ਆ ਤਾਂ ਇਹ ਫਰਕ ਹੋ ਗਿਆ ਜਿਸ ਤਰ੍ਹਾਂ ਇਸ ਡਾਇਗਰਾਮ ਚ ਡਿਸਟੈਂਸ ਕੀ ਹੋਏਗਾ ਟੋਟਲ ਸਮ ਹੋਏਗਾ ਡਿਸਪਲੇਸਮੈਂਟ 50 ਆ ਰਿਹਾ ਨਾ ਘਰ ਤੇ ਸਕੂਲ ਚ ਫਰਕ 54.1 ਦਿਖਾਇਆ ਹੈਗਾ ਤਾਂ ਡਿਸਪਲੇਸਮੈਂਟ ਕੀ ਹੈ ਮਿਨੀਮਮ ਡਿਸਟੈਂਸ ਇਹਨੂੰ ਪਾਈਥਾਗੋਰਸ ਜਾਂ ਡਾਇਗੋਨਲ ਦੇ ਨਾਲ ਕੱਢ ਸਕਦੇ ਆ ਤਾਂ ਵੈਲੋਸਟੀ ਤੇ ਸਪੀਡ ਦੀਆਂ ਯੂਨਿਟਸ ਕੀ ਹੋਣੀਆਂ ਸੇਮ ਹੋਣੀਆਂ ਮੀਟਰ ਪਰ ਸਕਿੰਟ ਪਰ ਸਪੀਡ ਜਿਹੜੀ ਹੈ ਸਕੈਲਰ ਕੁਆਂਟੀਟੀ ਹੁੰਦੀ ਹੈ ਔਰ ਵੈਲੋਸਟੀ ਕੀ ਹੁੰਦੀ ਹੈ ਵੈਕਟਰ ਕੁਆਂਟੀਟੀ ਤਾਂ ਇਹ ਜਿਵੇਂ 4 ਮੀਟਰ ਪਰ ਸਕਿੰਟ ਦੀ ਸਪੀਡ ਨਾਲ ਚੱਲ ਰਿਹਾ ਹੈਗਾ ਤਾਂ ਸਪੀਡ ਅਗਰ ਕਹਿੰਦੇ ਨਾਰਥ ਦਿਸ਼ਾ ਚੱਲ ਰਿਹਾ ਤਾਂ ਪਾਰਟਿਕੂਲਰ ਉਸ ਤੋਂ ਬਾਅਦ ਹੈਗਾ ਸਰਲ ਰੇਖੀ ਗਤੀ ਲੀਨੀਅਰ ਮੋਸ਼ਨ ਜਿਸ ਤਰ੍ਹਾਂ ਕਾਰ ਹੈ ਇਕੁਅਲ ਸਮੇਂ ਚ ਇਕੁਅਲ ਡਿਸਟੈਂਸ ਟਰੈਵਲ ਕਰਦੀ ਹੈ ਤਾਂ ਉਹਦਾ ਗ੍ਰਾਫ ਕੀ ਆਏਗਾ ਸਟ੍ਰੇਟ ਲਾਈਨ ਡਾਇਗੋਨਲ ਸਟ੍ਰੇਟ ਜੋ ਸੈਂਟਰ ਚ ਗ੍ਰਾਫ ਤੱਕ ਆਇਆ। ਅਗਰ ਨਹੀਂ ਚੱਲ ਰਹੀ ਤਾਂ ਪੈਰਲਲ ਟੂ ਟਾਈਮ ਐਕਸਿਸ ਇਧਰੋਂ ਰਾਈਟ ਸਾਈਡ ਵਾਲਾ ਗ੍ਰਾਫ। ਔਰ ਅਗਰ ਸਮੇਂ ਦੇ ਨਾਲ ਪੋਜੀਸ਼ਨ ਚੇਂਜ ਕਰਦੀ ਹੈ ਤਾਂ ਪੈਰਾਬੋਲਾ ਇਦਾਂ ਦੇ ਤਿੰਨ ਤਰ੍ਹਾਂ ਦੇ ਗ੍ਰਾਫ ਆ ਸਕਦੇ ਹੈਗੇ ਆ। ਉਸ ਤੋਂ ਬਾਅਦ ਵੈਲੋਸਿਟੀ ਤੇ ਸਪੀਡ ਚ ਅੰਤਰ ਜਿਹੜੀ ਸਪੀਡ ਹੈ ਉਹ ਸਕਲਰ ਕੁਆਂਟੀਟੀ ਹੁੰਦੀ ਹੈ ਯੂਨਿਟ ਸੇਮ ਹੋਣਗੀਆਂ ਵੈਲੋਸਿਟੀ ਕੀ ਹੈ ਵੈਕਟਰ ਕੁਆਂਟੀਟੀ ਹੈ ਮੈਗਨੀਟਿਊਡ ਦੇ ਨਾਲ ਅਸੀਂ ਕੀ ਮਾਪਦੇ ਹੈਗੇ ਆ ਈਸਟ ਜਾਂ ਮਤਲਬ ਡਾਇਰੈਕਸ਼ਨ ਵੀ ਦੱਸਦੇ ਹੈਗੇ ਆ ਦੋਨਾਂ ਦੇ ਯੂਨਿਟਸ ਫਾਰਮੂਲਾ ਸੇਮ ਹੈਗਾ ਯੂਨੀਫਾਰਮ ਤੇ ਨਾਨ ਯੂਨੀਫਾਰਮ ਮੋਸ਼ਨ ਦੇ ਗ੍ਰਾਫ ਯੂਨੀਫਾਰਮ ਮੋਸ਼ਨ ਦਾ ਗ੍ਰਾਫ ਅਗਰ x ਐਕਸਿਸ ਦੇ ਸਮਾਨੰਤਰ ਹੋਵੇ ਪੈਰਲ ਹੋਵੇ ਤਾਂ ਇਹਦਾ ਮਤਲਬ ਸਮਾਂ ਦੇ ਨਾਲ ਡਿਸਟੈਂਸ ਉੱਥੇ ਹੀ ਖੜੀ ਹੈ ਚੀਜ਼ ਹਨਾ ਕਾਰ ਲਗਾਓ ਤਾਂ ਇਹ ਕੀ ਹੈ ਸਥਿਰ ਗਤੀ ਦਾ ਗ੍ਰਾਫ ਹੈ ਕਿ ਸੈਕਿੰਡ ਗ੍ਰਾਫ ਡਿਸਟੈਂਸ ਤੇ ਟਾਈਮ ਦੇ ਵਿੱਚ ਸਟ੍ਰੇਟ ਲਾਈਨ ਆ ਰਿਹਾ ਤਾਂ ਇਹ ਇਕੁਅਲ ਸਮੇਂ ਦੇ ਵਿੱਚ ਇਕੁਅਲ ਡਿਸਟੈਂਸ ਟਰੈਵਲ ਕੀਤੀ ਜਾਂਦੀ ਹੈ ਕਿ ਨਾਨ ਯੂਨੀਫਾਰਮ ਮੋਸ਼ਨ ਦੇ ਗ੍ਰਾਫ ਕੀ ਹੋਣਗੇ ਪੈਰਾਬੋਲਾ ਹੋਏਗਾ ਮਤਲਬ ਅਨ ਇਕੁਅਲ ਸਮੇਂ ਦੇ ਵਿੱਚ ਠੀਕ ਹੈ ਅਸਮਾਨ ਸਮੇ ਦੇ ਵਿੱਚ ਅਸਮਾਨ ਡਿਸਟੈਂਸ ਦੂਰੀ ਤੈਕਦੀ ਜਾਂਦੀ ਆ ਤਾਂ ਉਹਨੂੰ ਕੀ ਕਹਿੰਦੇ ਆ ਸੀ ਪੈਰਾਬੋਲਾ ਫੋਰਥ ਗ੍ਰਾਫ ਜੋ ਹੈ ਇਸ ਚ ਪਹਿਲਾਂ ਸਪੀਡ ਵੱਧ ਰਹੀ ਆ ਫਿਰ ਕੀ ਹੈ ਘਟ ਰਹੀ ਹੈਗੀ ਆ ਮਤਲਬ ਦੂਰੀ ਕੀ ਹੈ ਘਟ ਰਹੀ ਆ ਤਾਂ ਇਹ ਨਾਨ ਯੂਨੀਫਾਰਮ ਮੋਸ਼ਨ ਦੇ ਗ੍ਰਾਫ ਹੋਣਗੇ ਅਸੀਂ ਉਸ ਤੋਂ ਬਾਅਦ ਹੈਗਾ ਪਰਵੇਗ ਸਮੇਂ ਦੇ ਨਾਲ ਚੇਂਜ ਸਪੀਡ ਦੀ ਚੇਂਜ ਹੁੰਦੀ ਆ ਉਹਨੂੰ ਕੀ ਕਹਿੰਨੇ ਹੈਗੇ ਆ ਪ੍ਰਵੇਗ ਕਹਿੰਨੇ ਆ ਇਹਦਾ ਫਾਰਮੂਲਾ ਕੀ ਹੋਏਗਾ a v minus u ਫਾਈਨਲ ਸਪੀਡ ਇਨੀਸ਼ੀਅਲ ਸਪੀਡ ਵਿਦ ਰਿਸਪੈਕਟ ਟੂ ਟਾਈਮ ਜਿਸ ਤਰ੍ਹਾਂ ਇੱਥੇ ਕੱਢ ਲਿਆ ਹੋਇਆ a ਕੱਢ ਸਕਦੇ ਆਂ ਸੀ ਫਾਈਨਲ ਸਪੀਡ 5 ਹੈ ਇਨੀਸ਼ੀਅਲ 12 ਲੱਗਿਆ ਸਮਾਂ 10 ਸਕਿੰਟ ਤਾਂ ਆਏਗੀ 0.3 ਮੀਟਰ ਪਰ ਸਕਿੰਟ ਅੱਜ ਆਏਗੀ ਉਸ ਤੋਂ ਬਾਅਦ ਹੈਗਾ ਸਰਕੂਲਰ ਮੋਸ਼ਨ ਜਦੋਂ ਕੋਈ ਚੀਜ਼ ਸਰਕਲ 'ਚ ਰੋਟੇਟ ਕਰਦੀ ਹੈਗੀ ਤਾਂ ਉਹ ਕਿੰਨੀ ਡਿਸਟੈਂਸ ਟਰੈਵਲ ਕਰੇਗੀ ਇਸ ਦਾ ਸਰਕਮਫਰੈਂਸ ਕਿਰਾ ਠੀਕ ਹੈ 2 पाई r ਆ ਜਾਏਗਾ ਤੇ ਇਹ ਕੀ ਇਨ ਟੂ t ਠੀਕ ਹੈ ਡਿਸਟੈਂਸ ਟਰੈਵਲ ਕਿ ਆਏਗੀ 2 पाई r ਸਰਕਮਫਰੈਂਸ ਕਿਰਾ ਗੁਣਾ ਲੱਗਿਆ ਸਮਾਂ ਤਾਂ ਇਹ ਕੀ ਆਜੇਗੀ ਡਿਸਟੈਂਸ ਟਰੈਵਲਡ ਅਜਨਦੀ ਹੈਗੀ ਆ ਟੋਟਲ ਡਿਸਟੈਂਸ ਟਰੈਵਲ 2 ਪਾਈ ਆਰ ਆ ਗਿਆ ਡਿਸਪਲੇਸਮੈਂਟ ਕਿੰਨਾ ਆਜੂਗਾ 0 ਕਿਉਂਕਿ ਇਹ ਤੋਂ ਵਸਤੂ ਸ਼ੁਰੂ ਹੋਈ ਸੀ ਫਾਈਨਲ ਪੁਆਇੰਟ ਤੇ ਇਨੀਸ਼ੀਅਲ ਪੁਆਇੰਟ ਵੀ ਏ ਹੈਗਾ ਤਾਂ ਟੋਟਲ ਸਰਕੂਲਰ ਮੋਸ਼ਨ ਚ ਚੱਕਰਾਕਾਰ ਗਤੀ ਚ ਟੋਟਲ ਡਿਸਪਲੇਸਮੈਂਟ ਕਿੰਨਾ ਆਏਗਾ 0 ਟੋਟਲ ਡਿਸਟੈਂਸ ਟਰੈਵਲ ਕਿੰਨੀ ਹੈਗੀ 2 ਪਾਈ ਆਰ ਚੱਕਰ ਦਾ ਘੇਰਾ ਰਸਤੇ ਮੋਸ਼ਨ ਚ ਕੀ ਫਰਕ ਹੈ ਜਦੋਂ ਕੋਈ ਵੀ ਪੋਜੀਸ਼ਨ ਚੇਂਜ ਨਹੀਂ ਹੁੰਦੀ ਗਤੀ ਜਦੋਂ ਪੋਜੀਸ਼ਨ ਚੇਂਜ ਹੁੰਦੀ ਹੈ ਯੂਨੀਫਾਰਮ ਮੋਸ਼ਨ ਇਕੁਅਲ ਸਮੇਂ ਚ ਇਕੁਅਲ ਦੂਰੀ ਤੈ ਕਿੱਤੀ ਗਈ ਹੋਵੇ ਉਹਨੂੰ ਯੂਨੀਫਾਰਮ ਕਹਿੰਦੇ ਆ ਨਾਨ ਯੂਨੀਫਾਰਮ ਚ ਇਕੁਅਲ ਟਾਈਮ ਚ ਅਨ ਇਕੁਅਲ ਡਿਸਟੈਂਸ ਲੀਨੀਅਰ ਸਟ੍ਰੇਟ ਲਾਈਨ ਮੋਸ਼ਨ ਸਰਕੂਲਰ ਚੱਕਰਾਕਾਰ ਗਤੀ ਡਿਸਟੈਂਸ ਐਕਚੁਅਲ ਸਮ ਠੀਕ ਹੈ ਲਵਾਂਗੇ ਡਿਸਪਲੇਸਮੈਂਟ ਮਿਨੀਮਮ ਡਿਸਟੈਂਸ ਬਿਟਵੀਨ ਇਨੀਸ਼ੀਅਲ ਐਂਡ ਫਾਈਨਲ ਪੁਆਇੰਟ ਪਰਵੇਵੀ ਪਰਵੇਗਿਤ ਗਤੀ ਜਦੋਂ ਸਪੀਡ ਕੀ ਇਨਕਰੀਜ਼ ਹੁੰਦੀ ਹੈ ਡੀ ਐਕਸਲੇਰੇਸ਼ਨ ਮੋਸ਼ਨ ਜਦੋਂ ਸਪੀਡ ਘਟਦੀ ਹੈ ਸਮੇਂ ਨਾਲ ਐਕਸਲੇਰੇਸ਼ਨ ਨੂੰ ਉਹਨੂੰ ਡੀ ਐਕਸਲੇਰੇਸ਼ਨ ਕਹਾਂਗੇ ਤੇ ਸਪੀਡ ਤੇ ਵੈਲੋਸਟੀ ਚ ਕੀ ਫਰਕ ਹੈਗਾ ਵੈਲੋਸਟੀ ਕੀ ਹੈ ਵੈਕਟਰ રાશિ ਹੈ ਸਪੀਡ ਕੀ ਹੋਏਗੀ ਸਕੈਲਰ રાશિ ਇਹ ਦਕਾਇਆ ਹੈਗਾ ਪੁਸ਼ਨ ਪੁੱਲ ਉਸ ਤੋਂ ਬਾਅਦ ਲਾਜ਼ ਆਫ ਮੋਸ਼ਨ ਅਸੀਂ लगे है सब तो पहला है ला ऑफ अनर्शिया कोई भी चीज़ कोई वस्तु है जिनी देर तक उद्दे उत्ते बारी बल नहीं लगाते दे, उन्नी देर वह गति नहीं आएगी अंटिल और अनलैस वी अपलाइड द एक्सटरनल फोर्स इट विल नॉट कम इन टू द मोशन जिस तरह यह बॉक्स दे उत्ते फोर्स लगा रहा तयों यह गति च आएगी अनरशिया की है ਉਹ ਡੈਟ ਇਜ਼ ਉਹਨੂੰ ਜੜਤਾ ਕਹਿੰਦੇ ਆ ਅਜੋਗਤਾ ਅਨੈਬਿਲਿਟੀ ਟੂ ਮੂਵ ਅੰਟਿਲ ਅਨਲੈਸ ਕੋਈ ਚੀਜ਼ ਮੋਸ਼ਨ ਮੋਸ਼ਨ ਚ ਉੰਨੀ ਦੇਰ ਮੋਸ਼ਨ ਚ ਹੀ ਰਹੇਗੀ ਕੋਈ ਚੀਜ਼ ਰੈਸਟ ਤੇ ਉਹਨੀ ਦੇ ਰੈਸਟ ਤੇ ਹੀ ਰਹੇਗੀ ਜਿੰਨੀ ਦੇਰ ਤੱਕ ਅਸੀਂ ਉਹਦੇ ਉੱਤੇ ਬਾਰੀ ਬਲ ਨਹੀਂ ਲਗਾਉਂਦੇ ਤਾਂ ਅਨਰਸ਼ੀਆ ਕਿਸ ਤੇ ਡਿਪੈਂਡ ਕਰਦਾ ਮਾਸ ਤੇ ਅਗਰ ਤੁਹਾਡਾ ਬਾਕਸ ਜ਼ਿਆਦਾ ਹੈ ਮਾਸ ਉਹਦਾ ਜ਼ਿਆਦਾ ਹੈ ਤਾਂ ਉਹਦਾ ਅਨਰਸ਼ੀਆ ਵੀ ਜ਼ਿਆਦਾ ਹੈ ਤਾਂ ਤੁਹਾਨੂੰ ਬਲ ਵੀ ਜ਼ਿਆਦਾ ਲਗਾਣਾ ਹੈ पाएगा अंटिल और अनलैस इट विल नॉट चेंज ठीक है जो कोई वस्तु रेस्ते है तो रेस्ती रहेगी अगर मोशन ते है तो मोशन ही रहेगी जो तक असी उद्य बाहरी बल नहीं लगाते आपे तो रेस्ट पर आ सकती है ना वह वस्तु मूव कर सकती है दैन पुश एंड पुल जो असी सेम डायरेक्शन च बल लगाई उन्होंने कहने पुश ठीक है पुल ਪੁੱਲ ਦੇ ਵਿੱਚ ਪੁਸ਼ਟ ਦੇ ਵਿੱਚ ਜਿੱਦੜ ਗਤੀ ਹੋ ਰਹੀ ਆ ਉਦਦਰ ਹੀ ਬਲ ਲੱਗ ਰਿਹਾ ਹੈਗਾ ਜਦ ਅਸੀਂ ਖਿੱਚਦੇ ਆ ਜਿੱਦੜ ਤਾਂ ਇਹ ਕੀ ਹੈ ਐਂਗਲ ਤੇ ਲੱਗ ਸਕਦਾ ਹੈਗਾ ਫੋਰਸਸ ਕੰਟੈਕਟ ਤੇ ਨਾਨ ਕੰਟੈਕਟ ਹੁੰਦੀਆਂ ਜਿਵੇਂ ਮਸਕੂਲਰ ਫੋਰਸ ਹੋਗੀ ਫ੍ਰਿਕਸ਼ਨ ਫੋਰਸ ਹੋਗੀ ਰਗੜ ਬਲ ਇਹਨਾਂ ਦੇ ਵਿੱਚ ਡਾਇਰੈਕਟ ਕੰਟੈਕਟ ਹੈ ਮੈਗਨੇਟਿਕ ਇਲੈਕਟ੍ਰੋਸਟੈਟਿਕ ਤੇ ਗੁਰਤਾਕਰਸ਼ਨ ਬਲ ਕੀ ਹੈ ਨਾਨ ਕੰਟੈਕਟ ਫੋਰਸਸ ਹੈਗੀਆਂ ਟਾਈਪ ਆਫ ਫੋਰਸਸ ਵੀ ਆਲਰੇਡੀ ਸਟੱਡੀਜ ਤਾਂ ਫਸਟ ਜਿਵੇਂ ਆ ਲੀਵਰ ਹੈ ਕੈਂਚੀ ਹੈ ਦੇ ਉੱਤੇ ਤੁਸੀਂ ਕਿੱਥੇ ਬਲ ਲਗਾਉਂਗੇ ਠੀਕ ਹੈ ਸੀਸਾ ਜਾਂ ਨਟ ਕਰੈਕਰ ਹੈ ਤਾਂ ਇਹ ਇਹ ਤਾਂ ਸੈਂਟਰ ਆਫ ਵੇਅਰ ਵੀ ਅਪਲਾਈ ਦੀ ਫੋਰਸ ਤਾਂ ਫੋਰਸ ਜਿਹੜੀ ਹੈਗੀ ਸਾਡੀ ਸਪ੍ਰਿੰਗ ਤੇ ਜਾਂ ਰੱਸਾ ਕੱਸੀ ਕਾਰ ਹਵਾ ਦੇ ਕਰਕੇ ਜਾਂ ਵਾਟਰ ਦੇ ਕਰਕੇ ਵੀ ਸਾਡੇ ਡ੍ਰੈਗ ਫੋਰਸ ਹੁੰਦੀ ਹੈ ਨਿਊਟਨ ਲਾ ਆਫ ਮੋਸ਼ਨ ਕੋਈ ਵੀ ਵਸਤੂ ਜੜਤਾ ਦਾ ਨਿਯਮ ਠੀਕ ਹੈ ਕੀ ਹੈ ਨਰਸ਼ੀਆ ਦਾ ਮੀਨਸ ਕੀ ਹੁੰਦਾ ਹੈ ਜੜਤਾ ਕੋਈ ਵੀ ਚੀਜ਼ ਹੈ ਉਦੋਂ ਤੱਕ ਅਜੋਗ ਹੈਗੀ ਹੈ ਜਦੋਂ ਤੱਕ ਅਸੀਂ ਅਜੋਗ ਕਿਸਤੇ ਆ ਖੁਦ ਨਹੀਂ ਮੂਵ ਕਰ ਸਕੇਗੀ ਰਸਤੇ ਰਹੇਗੀ ਵਿਰਾਮ ਅਵਸਥਾ ਤੇ ਔਰ ਜੇ ਕੋਈ ਚੀਜ਼ ਮੂਵ ਕਰ ਰਹੀ ਹੈਗੀ ਵਸਤੂ ਤਾਂ ਮੂਵ ਵੀ ਕਰਦੀ ਰਹੇਗੀ ਜਦੋਂ ਤੱਕ ਤੁਸੀਂ ਬ੍ਰੇਕ ਨਹੀਂ ਲਗਾਉਂਦੇ ਹਨ ਬਾਰੀ ਬਲ ਨਹੀਂ ਲਗਾਉਂਦੇ ਆ ਇਹ ਇੱਕ ਨੈਚੁਰਲ ਟੈਂਡੈਂਸੀ ਆ ਰਿਮੇਨ ਇਨ ਦੀ ਰੈਸਟ অর ਯੂਨੀਫਾਰਮ ਮੋਸ਼ਨ ਥੈਟ ਇਜ਼ ਕਾਲਡ ਇਨਰਸ਼ੀਆ ਜਿਵੇਂ ਕੋਇਨ ਹੈਗਾ ਇੱਕ ਕਾਰਡਬੋਰਡ ਤੇ ਪਿਆ ਜਦੋਂ ਤੁਸੀਂ ਇਹਦੇ ਉੱਤੇ ਇਹਨੂੰ ਫਲਿੱਪ ਕਰਦੇ ਹੋ ਤਾਂ ਕੀ ਕਾਰਡ kia ਗਿਆ ਮੋਸ਼ਨ ਚ ਪਰ ਸਿੱਕਾ ਕੀ ਆ ਉੱਥੇ ਸਟੇਟ ਆਫ ਰੈਸਟ ਤੇ ਆ ਤਾਂ ਇਹ ਕੀ ਹੈ ਗਲਾਸ ਚ ਗਿਰ ਜਾਏਗਾ ਕਿਉਂਕਿ ਸਿੱਕਾ ਦਾ ਵਿਰਾਮ ਅਵਸਥਾ ਚ ਆਏ ਕੌਨ ਮੋਸ਼ਨ ਚ ਆਇਆ ਗਤੀ ਚ ਕਾਰਡ ਤਾਂ ਸਿੱਕਾ ਗਲਾਸ ਚ गिर ਜਾਂਦਾ ਹੈਗਾ ਤਾਂ ਫਸਟ ਲਾ ਕੀ ਕਹਿੰਦਾ ਹੈਗਾ ਕੋਈ ਵੀ ਵਸਤੂ 19 ਦੇ ਤੱਕ ਵਿਰਾਮ ਅਵਸਥਾ ਚ ਰਹੇਗੀ ਜਾਂ 19 ਦੇ ਮੋਸ਼ਨ ਚ ਰਹੇਗੀ ਜਿੰਨੀ ਦੇਰ ਤੱਕ ਤੁਸੀਂ ਉਹਦੇ ਉੱਤੇ ਬਾਹਰੀ ਬਲ ਨਹੀਂ ਲਗੰਦੇ அப்பਿਓ ਅਜੋਗ ਹੈ ਨਾ ਤਾਂ ਉਹ ਆਪਣੀ ਰੈਸਟ ਦੀ ਪੋਜੀਸ਼ਨ ਨੂੰ ਚੇਂਜ ਕਰ ਸਕਦੀ ਹੈ ਨਾ ਉਹ ਆਪਣੀ ਮੋਸ਼ਨ ਦੀ ਪੋਜੀਸ਼ਨ ਨੂੰ ਲਾਈਕ ਆਹ ਜਿਹੜਾ ਹੈਗਾ ਦਿੱਤੇ نیچے ਕੰਨੀ weight ਲੱਗ ਰਿਹਾ ਉੱਪਰ ठीक है बराबर है फोर्स त अपनी अवस्था से प्या हैगा एदा पुषण पुल अनर्शिया की हो गया मास पर डिपेंड करता है जे मास ज़्यादा होएगा तो इनर्शिया भी ज्यादा होएगा तो वो उत्ते फोर्स भी ज़्यादा लगानी हो पाएगी ਠੀਕ ਮੋਮੈਂਟਮ ਕੀ ਹੁੰਦਾ ਮਾਸ ਇੰਟੂ ਵੈਲੋਸਟੀ ਮਾਸ ਨੂੰ ਅਸੀਂ ਕਿਲੋਗ੍ਰਾਮ ਚ ਵੈਲੋਸਟੀ ਨੂੰ ਮੀਟਰ ਪਰ ਸਕਿੰਟ ਚ ਤਾਂ ਮੋਮੈਂਟਮ ਕੀ ਹੋ ਗਿਆ ਪੀ ਇਕੁਅਲ ਟੂ ਐਮ ਵੀ ਇਟ ਇਜ਼ ਇਹ ਕੀ ਹੈ ਮਾਸ ਤੇ ਵੈਲੋਸਟੀ ਦੀ ਪ੍ਰੋਡਕਟ ਹੈ ਤੇ ਇਸ ਯੂਨਿਟਸ ਕੀ ਹੋਣਗੀਆਂ ਕਿਲੋਗ੍ਰਾਮ ਮੀਟਰ ਪਰ ਸਕਿੰਟ ਜੇ ਬਾਡੀ ਰੈਸਟ ਤੇ ਹੈ ਤਾਂ ਉਹਦੀ ਵੈਲੋਸਟੀ ਜ਼ੀਰੋ ਹੋਗੀ ਤਾਂ ਮੋਮੈਂਟਮ ਵੀ ਜ਼ੀਰੋ ਹੋ ਜਾਏਗਾ ਇੱਕ ਟਰੱਕ ਹੈ ਜਿਹੜਾ ਕਿ ਲੋ ਸਪੀਡ ਨਾਲ ਚੱਲ ਰਿਹਾ ਹੈਗਾ ਤਾਂ ਇੱਕ ਟਰੱਕ ਮੂਵਿੰਗ ਐਟ ਵੈਰੀ ਲੋ ਸਪੀਡ ਕੈਨ ਕਿਲ ਦੀ ਪਰਸਨ ਸਟੈਂਡਿੰਗ ਕਿਉਂਕਿ ਉਹਦੀ ਸਪੀਡ ਤਾਂ ਘੱਟ ਹੈ ਪਰ ਉਹਦਾ ਮਾਸ ਤਾਂ ਜ਼ਿਆਦਾ ਨਾ ਤਾਂ ਉਹਦੇ ਵਿੱਚ ਮੋਮੈਂਟਮ ਵੀ ਜ਼ਿਆਦਾ ਹੋਏਗਾ ਇੱਕ ਬੁਲੇਟ ਫਾਇਰ ਕਰਦੇ ਆ ਉਹਦਾ ਮਾਸ ਘੱਟ ਹੈ ਪਰ ਉਹਦੀ ਵੈਲੋਸਿਟੀ ਜ਼ਿਆਦਾ ਦੋਨਾਂ ਦੀ ਪ੍ਰੋਡਕਟ ਦੇਖੋ ਤਾਂ ਮੋਮੈਂਟਮ ਕੀ ਹੋ ਗਿਆ ਮਾਸ ਤੇ ਵੈਲੋਸਿਟੀ ਦੀ ਪ੍ਰੋਡਕਟ ਹੁੰਦੀ ਹੈ ਮਾਸ ਨੂੰ ਕਿਲੋਗ੍ਰਾਮ ਚ ਵੈਲੋਸਿਟੀ ਨੂੰ ਮੀਟਰ ਪਰ ਸਕਿੰਡ ਚ ਕੋਈ ਟਰੱਕ ਹੈ ਜਾਂ ਬੁਲੇਟ ਹੈ ਟਰੱਕ ਦਾ ਮਾਸ ਜ਼ਿਆਦਾ ਹੈ ਬੁਲੇਟ ਦੀ ਸਪੀਡ ਜ਼ਿਆਦਾ ਹੈ ਇਸ ਕਰਕੇ ਉਹ ਠੀਕ ਹੈ ਐਕਸੀਡੈਂਟ ਹੋ ਸਕਦਾ ਹੈ ਨਿਊਟਨ ਸੈਕਿੰਡ ਲਾਅ ਆਫ ਮੋਸ਼ਨ ਜਿੰਨੀ ਦੇਰ ਤੱਕ ਕੋਈ ਜ਼ਿਆਦਾ ਮਾਸ ਹੈਗਾ ਤਾਂ ਉਹ ਉਹ ਉਸ ਤੇ ਫੋਰਸ ਵੀ ਜ਼ਿਆਦਾ ਲੱਗੇਗੀ ਮੀਨਸ ਜੇ ਐਕਸਲਰੇਸ਼ਨ ਜ਼ਿਆਦਾ ਹੈਗਾ ਤਾਂ ਉਹਦੀ ਫੋਰਸ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ ਨਿਊਟਨ ਥਰਡ ਲਾਅ ਆਫ ਮੋਸ਼ਨ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ ਜਿੰਨੀ ਕਿਰਿਆ ਹੋਏਗੀ ਉਹਦੇ ਓਪੋਜ਼ਿਟ ਓਨੀ ਹੀ ਪ੍ਰਤੀਕਿਰਿਆ ਹੋਏਗੀ ਜਿਵੇਂ ਅਸੀਂ ਠੀਕ ਹੈ ਆ ਬੋਟ ਹੈ ਬੋਟ ਨੂੰ ਜਿੰਨਾ ਪਾਣੀ ਨੂੰ ਤੁਸੀਂ ਪਿੱਛੇ ਬੈਕਵਰਡ ਮੂਵ ਕਰੋਗੇ ਓਨਾ ਹੀ ਉਹ ਕੀ ਅੱਗੇ ਕੰਨੀ ਜਾਏਗੀ ਬੋਟ ਤਾਂ ਐਸੇ ਤਰ੍ਹਾਂ ਤੁਸੀਂ ਇੱਕ ਕਿਨਾਰੇ ਤੇ ਛਲਾਂਗ ਮਾਰਦੇ ਹੈਗੇ ਹੋ ਜਿੰਨਾ ਬੋਟ ਨੂੰ ਪਿੱਛੇ ਧੱਕੋਗੇ ਓਨੀ ਹੀ ਬੋਟ ਕੀ ਆ ਤੁਹਾਨੂੰ ਅੱਗੇ ਕੰਨੀ ਪੁਸ਼ ਕਰੇਗੀ ਨਿਊਟਨ ਫਸਟ ਲਾ ਕੀ ਹੈ ਜਿੰਨੀ ਦੇਰ ਤੱਕ ਕੋਈ ਵਸਤੂ ਰੈਸਤੇ ਰੈਸਤੇ ਰਹੇਗੀ ਜਿੰਨੀ ਦੇਰ ਮੋਸ਼ਨ ਚ ਮੋਸ਼ਨ ਤੇ ਰਹੇਗੀ ਜਉ ਤੱਕ ਉਸ ਉਤੇ ਬਾਹਰੀ ਬਲ ਨਹੀਂ ਲਗਾ ਦਿੰਦੇ ਤਾਂ ਇਹ ਡਰੈਗ ਫੋਰਸ ਪਾਣੀ ਦੇ ਵਿੱਚ ਅਗਰ ਕੁਝ ਜਾਂ ਹਵਾ ਦੇ ਵਿੱਚ ਤਾਂ ਉਹਦਾ weight ਨੀਚੇ ਕੰਮ ਕਰਦਾ ਹੈ ਔਰ ਡਰੈਗ ਕਿ ਉਹ ਨੂੰ ਉੱਪਰ ਕਰ ਉੱਪਰ ਇਹਨਾਂ ਦੋਨਾਂ ਦਾ ਬੈਲੈਂਸ ਹੁੰਦਾ ਹੈ ਬੁਲੇਟਸ ਥਰਡ ਲਾ ਜਿਵੇਂ ਜਿੰਨਾ ਬੁਲੇਟ ਅੱਗੇ ਜਾਏਗਾ ਓੰਨਾ ਗਨ ਪਿੱਛੇ ਜਾਏਗੀ ਠੀਕ ਹੈ ਜਿਹੜਾ ਰਾਕਟ ਹੁੰਦਾ ਉਹਦੇ ਵਿੱਚ ਗੈਸਾਂ ਦਾ ਪ੍ਰੈਸ਼ਰ نیچے ਪਏਗਾ ਤੇ ਇਹਦੇ ਨਾਲ ਰਾਕਟ ਉੱਪਰ ਜਾਏਗਾ ਔਰ ਜਿੰਨਾ ਤੁਸੀਂ ਬੋਟ ਨੂੰ ਪਿੱਛੇ ਕੰਨੀ ਧੱਕੋਗੇ ਓੰਨਾ ਤੁਹਾਨੂੰ ਬੋਟ ਅੱਗੇ ਕੰਨੀ ਪੁਸ਼ ਕਰੇਗੀ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ ਠੀਕ ਹੈ ਨਾ ਐਗਜ਼ਾਮਪਲਸ ਦੀ ਹੈਲਪ ਦੇ ਨਾਲ ਅਸੀਂ ਨਿਊਟਨ ਦਾ ਥਰਡ ਲਾਅ ਸਮਝਾ ਰਹੇ ਹਾਂ ਕਿ ਆ ਜਿੰਨਾ ਇਹ ਲੜਕੀ ਪਾਣੀ ਨੂੰ ਪਿੱਛੇ ਕੰਨੀ ਧੱਕਦੀ ਉਹਨਾਂ ਬੋਟ ਤੁਹਾਨੂੰ ਅੱਗੇ ਕੰਨੀ ਧੱਕੇਗੀ ਐਕਸ਼ਨ ਐਂਡ ਰਿਐਕਸ਼ਨ ਆਰ ਇਕਵਲ ਐਂਡ ਆਪੋਜ਼ਿਟ ਠੀਕ ਹੈ ਇਹ ਦਿਖਾਇਆ ਹੋਇਆ ਹੈ ਤਾਂ ਸਪੀਡ ਤੇ ਵੈਲੋਸਿਟੀ ਸਪੀਡ ਸਕੈਲਰ ਕੁਆਂਟੀਟੀ ਹੈ ਵੈਲੋਸਿਟੀ ਕੀ ਹੈਗੀ ਹੈ ਇੱਕ ਵੈਕਟਰ ਰਾਸ਼ੀ ਹੈਗੀ ਹੈ ਅਨਾਂ ਦੀ ਹੈਲਪ ਦੇ ਨਾਲ ਅਸੀਂ ਨਿਊਟਰਲ ਲਾਅ ਆਫ ਮੋਸ਼ਨ ਐਕਸਪਲੇਨ ਕੀਤੇ ਹੈਗੇ ਆ థాంਕ ਯੂ ਫॉर ਵਾਚਿੰਗ ਦੀ ਵੀਡੀਓ